BC ਫੈਰੀਜ਼ ਅਗਲੇ ਕੁਝ ਦਿਨਾਂ ਦੇ ਵਿੱਚ ਵਾਧੂ ਸਮੁੰਦਰੀ ਜਹਾਜ਼ਾਂ ਨੂੰ ਜੋੜਨ ਜਾ ਰਹੇ ਸਨ ਪਰ ਹੁਣ ਇੱਕ ਮਕੈਨੀਕਲ ਸਮੱਸਿਆ ਦੇ ਕਾਰਨ ਯੋਜਨਾਵਾਂ ਨੂੰ ਪਿੱਛੇ ਛੱਡ ਰਹੇ ਨੇ ਸੋ ਐਸਨ ਸਵੈਟਸ ਬੇ ਰੂਟ ਲਈ ਵਾਧੂ ਜਹਾਜ਼ਾਂ ਦਾ ਜਿਹੜਾ ਕੰਮ ਹੈ ਉਹ ਚੱਲ ਰਿਹਾ ਸੀ ਕਿਉਂਕਿ ਬਹੁਤ ਸਾਰੇ ਲੋਕ ਸ਼ੁੱਕਰਵਾਰ ਨੂੰ ਛੁੱਟੀ ਲੈ ਰਹੇ ਨੇ ਕਿਉਂਕਿ ਵੀਰਵਾਰ ਨੂੰ ਰਿਮੈਂਬਰਸ ਡੇ ਦੀ ਛੁੱਟੀ ਹੁੰਦੀ ਹੈ ਪਰ BC ਫੈਰੀਜ਼ ਦੇ ਨਾਲ ਜਿਹੜੇ ਨੇ ਉਹ ਡਬੋਰਾ ਮਾਰਸ਼ਲ ਦਾ ਇਹ ਕਹਿਣਾ ਹੈ ਕਿ ਸਪਿਰਿਟ ਆਫ ਵਿੰਕੂਵਰ ਆਈਲੈਂਡ ਦੇ ਨਾਲ ਇੱਕ ਗিয়ার ਬਾਕਸ ਮੁੱਦੇ ਦਾ ਮਤਲਬ ਹੈ ਕਿ ਵਾਧੂ ਸਮੁੰਦਰੀ ਸਫ਼ਰ ਹੁਣ ਰ ਕੀਤੇ ਜਾ ਰਹੇ ਨੇ ਮਾਰਸ਼ਲ ਦੱਸਦੇ ਨੇ ਕਿ ਬਦਕਿਸਮਤੀ ਦੇ ਨਾਲ ਉਸ ਚੀਜ਼ ਨੂੰ ਠੀਕ ਕਰਨ ਦੇ ਲਈ ਉਹਨਾਂ ਨੇ ਥੋੜਾ ਸਮਾਂ ਲੈ ਲਿਆ ਹੈ ਜਿੰਨਾ ਅਸੀਂ ਅਸਲ ਦੇ ਵਿੱਚ ਅਨੁਮਾਨ ਲਗਾਇਆ ਸੀ ਇਸ ਲਈ ਅਸੀਂ ਅਜੇ ਅਜੇ ਤਾ ਅੱਜ ਤੇ ਕੱਲ ਦੇ ਵਿੱਚ ਤਾਂ ਇੱਕ ਵੱਖਰੇ ਜਹਾਜ਼ ਜਿਹੜੇ ਨੇ ਉਹ ਤੱਟਵਰਤੀ ਜਸ਼ਨ ਦੇ ਨਾਲ ਜਿਹੜੇ ਨੇ ਉਹ ਕੁਝ ਵਾਧੂ ਸੇਵਾ ਨਿਯੁਕਤ ਕੀਤੀ ਸੀ ਪਰ ਬਦਕਿਸਮਤੀ ਨਾਲ ਜਸ਼ਨ ਨੂੰ ਹੁਣ ਵੈਨਕੂਵਰ ਆਈਲੈਂਡ ਦੀ ਆਤਮਾ ਕਵਰ ਕਰਨਾ ਜਿਹੜਾ ਉਸ ਦੀ ਜਗ੍ਹਾ ਤੇ ਪੈ ਰਿਹਾ ਹੈ ਜੇਕਰ ਤੁਸੀਂ ਰੱਦ ਕੀਤੇ ਜਹਾਜ਼ਾਂ ਦੇ ਵਿੱਚੋਂ ਕਿਸੇ ਇੱਕ ਤੇ ਰਿਜ਼ਰਵੇਸ਼ਨ ਬੁਕਿੰਗ ਕੀਤੀ ਸੀ ਜਾਂ ਤੁਹਾਨੂੰ ਵਾਪਸ ਕਰ ਦਿੱਤਾ ਜਾਏਗਾ ਵੀਰਵਾਰ ਤੇ ਸ਼ੁੱਕਰਵਾਰ ਦੋਵਾਂ ਨੂੰ ਸ਼ਾਮ ਦੇ ਅੰਤ ਵਿੱਚ ਸਮੁੰਦਰੀ ਜਹਾਜ਼ਾਂ ਨੂੰ ਜੋੜਿਆ ਜਾਏਗਾ ਕਿਉਂਕਿ ਕੰਪਨੀ ਨੂੰ ਵਾਧੂ ਆਵਾਜਾਈ ਦੀ ਉਮੀਦ ਹੈ ਮਾਰਸ਼ਲ ਦਾ ਕਹਿਣਾ ਹੈ ਕਿ ਉਹ ਰਾਤ ਦੇ 11 ਵਜੇ ਜਿਹੜੇ ਉੱਥੇ ਮੌਜੂਦ ਹੋਣਗੇ ਤੇ ਸਵੇਰੇ 1 ਵਜੇ ਤੋਂ ਸਵੇਰ ਤੱਕ ਮੌਜੂਦ ਹੋਣਗੇ ਮਾਰਸ਼ਲ ਨੂੰ ਉਮੀਦ ਹੈ ਕਿ ਸਪਿਰਿਟ ਆਫ ਵੈਂਕੂਵਰ ਆਈਲੈਂਡ ਹਫ਼ਤੇ ਦੇ ਅਖੀਰ ਇਰਲੇ ਹਿੱਸੇ ਦੇ ਲਈ ਸੇਵਾ ਦੇ ਵਿੱਚ ਵਾਪਸ ਆ ਜਾਏਗਾ ਇਸ ਦੌਰਾਨ ਉਹ ਗਾਕਾਂ ਨੂੰ ਫੈਰੀ ਦੀਆਂ ਸਥਿਤੀਆਂ ਜਾਂਚ ਕਰਨ ਜਾਂ ਅਪਡੇਟ ਕੀਤੇ ਜਾਣ ਦੀ ਜਿਹੜੀ ਸਮਾਸਾਰਨੀ ਦੀ ਜਾਣਕਾਰੀ ਲਈ ਟਵਿੱਟਰ ਤੇ BC Ferries ਦੇ ਪਾਲਣਾ ਕਰਨ ਦਾ ਵੀ ਸੁਝਾਅ ਦਿੰਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ